मैम, मैं रौंते पिंड तो बिलोंग करता हूँ एंड मैं 2018 ਵਿੱਚ ਆਇਆ ਸੀ ਸਾਈਪ੍ਰਸ ਵਿੱਚੋਂ ਸਟੱਡੀ ਕੰਪਲੀਟ ਕਰਕੇ ਅਤੇ ਮੇਰਾ 2 ਸਾਲ ਦਾ ਗੈਪ ਸੀਗਾ ਅਤੇ ਇੱਕ ਮੇਰੇ ਕੋਲ ਰਿਜੈਕਸ਼ਨ ਵੀ ਸੀ ਕੈਨੇਡਾ ਲਈ ਅਤੇ ਸੋ ਮੈਂ ਬਹੁਤ ਏਜੰਟਸ ਕੋਲ ਪਹੁੰਚਿਆ ਸੀਗਾ ਕੰਪਨੀ ਫਾਈਲ ਬਾਰੇ ਬਟ ਮੈਂ ਕਿਸੇ ਤੋਂ ਸੈਟਿਸਫਾਈ ਨਹੀਂ ਹੋਇਆ ਮਤਲਬ ਉਹਨਾਂ ਦੇ ਜੋ ਉਹਨਾਂ ਨੇ ਮੈਨੂੰ ਡੀਲ ਕੀਤਾ ਜਾਂ ਗਾਈਡ ਕੀਤਾ ਅਤੇ ਫਿਰ ਫਾਈਨਲੀ ਮੈਂ ਇੱਥੇ ਸਪੇਅਰ ਹੈਡ ਕੋਲ ਆਇਸ ਕਰ ਰਿਹਾ ਸੀਗਾ ਅਤੇ ਫਿਰ ਮੈਂ ਇਹਨਾਂ ਨਾਲ ਥੋੜ੍ਹੀ ਬਹੁਤ ਗੱਲ ਖੋਲ੍ਹੀ ਫਿਰ ਇਹਨਾਂ ਨੇ ਮੈਨੂੰ ਦੱਸਿਆ ਸਮਝਾਇਆ ਵੀ ਕੀ ਕੁਛ ਆ ਕਿਵੇਂ ਏਜੰਟਸ ਕਰਦੇ ਆ ਜਾਂ ਕੀ ਨਹੀਂ ਕਰਦੇ ਫਿਰ ਇਹਨਾਂ ਨੇ ਮੈਨੂੰ ਬਹੁਤ ਮਤਲਬ ਸਹੀ ਤਰੀਕੇ ਨਾਲ ਗਾਈਡ ਕੀਤਾ ਮੈਮ ਮੇਰੀ ਪ੍ਰਿੰਸ ਹੈਡ ਅਵਾਰਡ ਆ ਯੂਨੀਵਰਸਿਟੀ ਐਂਡ ਬਟ ਮੇਰੇ ਗੈਪ ਸੀ ਅਤੇ ਕੋਈ ਮਤਲਬ ਮੈਨੂੰ ਲੱਗਦਾ ਸੀ ਮੇਰੀ ਪ੍ਰੋਫਾਈਲ ਕਾਫੀ ਕੰਪਲੀਕੇਟਡ ਆ ਅਤੇ ਮੈਨੂੰ ਲੱਗਦਾ ਸੀ ਕਿ ਨਹੀਂ ਵੀਜ਼ਾ ਵਾਲਾ ਕੋਈ ਚਾਂਸਿਸ ਹੈਗੇ ਬਟ ਇਹਨਾਂ ਨੇ ਥੋੜ੍ਹਾ ਕੰਫੀਡੈਂਸ ਦਿੱਤਾ ਸੀਗਾ ਅਤੇ ਦੱਸਿਆ ਸੀਗਾ ਵੀ ਚਾਂਸਿਸ ਹੈਗੇ ਨੇ ਅਤੇ ਇਹਨਾਂ ਨੇ ਥੋੜ੍ਹੀ ਆਇਲਸ ਦੀ ਤਿਆਰੀ ਕਰਵਾਈ ਫਿਰ ਬੈਂਡਸ ਆਏ ਤੋ ਫਿਰ ਇਹਨਾਂ ਨੇ ਫਰਦਰ ਮਤਲਬ ਪ੍ਰੋਸੀਡ ਕੀਤਾ ਅਤੇ ਬਟ ਫਿਰ ਕੋਵਿਡ ਦੀ ਸਿਚੁਏਸ਼ਨ ਆ ਗਈ ਫਿਰ ਇਹ 'ਚ ਗੈਪ ਆ ਗਿਆ ਅਤੇ ਬਟ ਫਾਈਨਲੀ ਮਿਲ ਗਿਆ ਵੀਜ਼ਾ ਮੈਮ ਡਿਪਲੋਮਾ ਸੀਗਾ ਸਾਈਪ੍ਰਸ 'ਚੋਂ ਟਰੈਵਲ ਐਂਡ ਟੂਰਿਜ਼ਮ 'ਚ ਅਤੇ ਇਹਨੂੰ ਹੀ ਫਰਦਰ ਮੈਂ ਐਕਸਟੈਂਡ ਕਰ ਰਿਹਾ ਐਜ਼ ਅ ਮਤਲਬ ਬੈਚਲਰ ਡਿਗਰੀ ਐਜ਼ ਅ ਕੰਸਲਟੈਂਟ ਮੈਮ ਮਤਲਬ ਜੋ ਵੀ ਗਾਈਡ ਕਰ ਰਹੇ ਬਹੁਤ ਹੰਬਲ ਨੇ ਐਂਡ ਉਹਨਾਂ ਦਾ ਵੇ ਆਫ ਮਤਲਬ ਤੁਹਾਨੂੰ ਸਮਝਾਉਣਾ ਬੈਸਟ ਸੀਗਾ ਅਤੇ ਉਹਨਾਂ ਨੇ ਸਭ ਦੱਸਿਆ ਵੀ ਕਿਵੇਂ ਡੀਲਸ ਕਰਦੇ ਨੇ ਜਾਂ ਮਤਲਬ ਕਿਵੇਂ ਏਜੰਟਸ ਆਪਾਂ ਨੂੰ ਕਹਾਂ ਚੀਟ ਕਰਦੇ ਜਾਂ ਓਵਰਆਲ ਕਿਉਂਕਿ ਮੈਮ ਜਦੋਂ ਮੈਂ ਪਹਿਲਾਂ ਸਾਈਪ੍ਰਸ 'ਚ ਗਿਆ ਸੀ ਉਦੋਂ ਵੀ ਮੈਨੂੰ ਚੀਟ ਕੀਤਾ ਗਿਆ ਸੀਗਾ ਆਈ ਮੀਨ ਮੈਨੂੰ ਦੱਸਿਆ ਕੁਛ ਹੋਰ ਗਿਆ ਸੀ ਅਤੇ ਬਟ ਸੀ ਕੁਛ ਹੋਰ ਸੀਗਾ ਅਤੇ ਫਿਰ ਇਹਨਾਂ ਨੇ ਮੈਨੂੰ ਸਭ ਦੱਸਿਆ ਵੀ ਕਿਵੇਂ ਏਜੰਟਸ ਫਾਈਨਲੀ ਕਰਦੇ ਹੁੰਦੇ ਨੇ ਅਤੇ ਫਿਰ ਮੈਮ ਇਹ ਕਹਿਣਾ ਚਾਹੂੰਗਾ ਕਿ ਬਹੁਤ ਵਧੀਆ ਕੰਸਲਟੈਂਟ ਨੇ ਤੁਹਾਨੂੰ ਟਰੱਸਟ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਟਾਈਮ 'ਚ ਬਹੁਤ ਫੇਕ ਏਜੰਟਸ ਵੀ ਨੇ ਜੋ ਤੁਹਾਨੂੰ ਗਾਈਡ ਕਰਨਗੇ ਸਹੀ ਤਰ੍ਹਾਂ ਲੱਗੇਗਾ ਵੀ ਸਹੀ ਹੈ ਬਟ ਫਾਈਨਲੀ ਉਹ ਤੁਹਾਡੇ ਨਾਲ ਕਦੇ ਨਾ ਕਿਤੇ ਕਿਸੇ ਨਾਲ ਚੀਟ ਕਰ ਜਾਂਦੇ ਨੇ ਅਤੇ ਬਟ ਇਹਨਾਂ ਨੇ ਬਹੁਤ ਮਤਲਬ ਟਰਾਂਸਪੇਰੈਂਸੀ ਰੱਖੀ ਸੀ ਹਰ ਚੀਜ਼ ਵਿੱਚ ਅਤੇ ਸਭ ਦੱਸਿਆ ਸੀ ਕੀ ਆ ਕਿ ਖੁਦ ਮੈਂ ਫੀਸ ਪੇ ਕੀਤੀ ਇਹਨਾਂ ਨੇ ਮੈਨੂੰ ਜਸਟ ਗਾਈਡ ਕੀਤਾ ਵੀ ਸਭ ਮੇਰੇ ਥਰੂ ਕੀਤਾ ਵਾ ਵੀ ਕੁਛ ਆਈ ਨਹੀਂ ਸੀਗਾ ਵੀ ਹਾਂ ਆਪਾਂ ਇਹਨਾਂ 'ਤੇ ਓਵਰਆਲ ਡਿਪੈਂਡੈਂਟ ਨੇ ਸੋ ਵੀ ਵਧੀਆ ਚੀਜ਼ ਆ ਮਤਲਬ ਸੋਰੀ ਵਧੀਆ ਗੱਲ ਆ ਵੀ ਤੁਸੀਂ ਇਹਨਾਂ ਕੋਲ ਆਓ ਤੁਹਾਨੂੰ ਸਹੀ ਗਾਈਡ ਕਰਨਗੇ ਅਤੇ ਬੈਟਰ ਤੁਹਾਨੂੰ ਵੇਦ ਮਿਲੇਗਾ ਅੱਗੇ ਤੁਹਾਡੇ ਫਿਊਚਰ ਵਾਸਤੇ।